ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਠੀਕ ਠਾਕ ਹਾਂ, ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ। ਤੇ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਤੇ ਹੁਣ ਅਸੀਂ ਮਤਲਬ ਬੈਠੇ ਸੀ, ਮਾਤਾ ਪਿਤਾ ਜੀ ਆਏ ਸੀ ਨੱਥੂਪੁਰ ਤੋਂ ਤੇ ਦੀਵਾਲੀ ਲੈ ਕੇ ਆਏ ਆ, ਤੇ ਅਸੀਂ ਜਾਣਾ ਸੀਗਾ ਬਟ ਮਾਤਾ ਪਿਤਾ ਜੀ ਕਹਿੰਦੇ ਨਹੀਂ ਤੁਸੀਂ ਅੱਜ ਨਾ ਆਓ ਕਿਉਂਕਿ ਸਾਡਾ ਪ੍ਰੋਗਰਾਮ ਸੀਗਾ ਕੱਲ੍ਹ। ਤੇ ਉਹ ਕਹਿੰਦੇ ਨਹੀਂ ਅਸੀਂ ਤੁਹਾਡੇ ਕੋਲ ਆਉਂਦੇ ਹਾਂ, ਤੇ ਕਿਉਂਕਿ ਹੁੰਦਾ ਆ ਮਾਤਾ ਪਿਤਾ ਜੀ ਨੂੰ ਕਿ ਦੀਵਾਲੀ ਵਾਲੇ ਦਿਨ ਚਲੋ ਤੁਸੀਂ ਜਿੱਥੇ ਹੈਗੇ ਹਾਂ ਉੱਥੇ ਹੀ ਰਹੋ, ਅਤੇ ਕਹਿੰਦੇ ਅਗਲੀ ਵਾਰੀ ਫਿਰ ਤੁਸੀਂ ਪਹਿਲਾਂ ਆ ਜਾਇਓ ਫਿਰ ਇਕੱਠੇ ਮਨਾ ਲਾਂਗੇ ਰਲ ਕੇ ਸਾਰੇ ਜਾਣੇ। ਅਤੇ ਹੁਣ ਕੀ ਕਹਿੰਦੇ ਹੁੰਦੇ ਆ ਮੰਮਾ ਨੇ ਪਕੌੜਿਆਂ ਦਾ ਸਮਾਨ ਵਗੈਰਾ ਕੱਟ ਲਿਆ ਵਾ ਅਤੇ ਪਕੌੜੇ ਖਾਵਾਂਗੇ, ਪ੍ਰਸ਼ਾਦਾ ਛੱਡ ਲਿਆ, ਮਾਤਾ ਪਿਤਾ ਜੀ ਆਏ ਸੀ ਉਹਨਾਂ ਨਾਲ ਹੀ। ਅਤੇ ਉੱਧਰ ਪਟਾਕੇ ਬੈਠੇ ਆਪਣੇ ਬੈਠੇ ਨਹੀਂ ਮਤਲਬ ਰੱਖੇ ਆ, ਉੱਧਰ ਪਿਤਾ ਜੀ ਹੁਣੀ ਸਿੰਘ ਸਾਹਿਬ ਗੱਡੀਆਂ ਧੋ ਕੇ ਹਟੇ ਸਾਰੀਆਂ, ਇੱਧਰ ਬਾਹਰ ਕੱਢ ਦਿੱਤੀਆਂ ਇਹਨਾਂ ਨੇ ਅਤੇ ਉਹ ਹੁਣ ਲੈਣ ਜਾਣਗੇ। ਹਾਂਜੀ ਨਹੀਂ ਫਿਰ ਵੀ ਮੈਂ ਕਹਿੰਦੀ ਲਾ ਦਿਓ ਅਤੇ ਮੁੜ ਕੇ ਆਰਾਮ ਕਰ। ਸਾਡੀ ਦੀਵਾਲੀ ਆ ਚੁੱਕੀ ਆ, ਨੱਥੂਪੁਰ ਤੋਂ ਮੰਮੀ ਡੈਡੀ ਆਏ ਸੀ। ਕੀ ਹੋਇਆ ਤੁਹਾਨੂੰ ਨਹੀਂ ਕੁਛ ਮਿਲਣਾ ਮੇਰੇ ਲਈ? ਆਈ ਆ ਲੈ ਲਓ, ਆਹ ਚੀਜ਼ ਵਧੀਆ ਜੀ, ਦਾਣੇ ਆ ਨਾ, ਵਾਓ ਆਹ ਵਧੀਆ। ਕੀ ਅੱਛਾ ਆਹ ਪੂਰਾ ਮੇਰਾ, ਠੀਕ ਆ ਨਹੀਂ ਮੇਰੀ ਇਹ ਆ ਫਰੂਟ ਆ। ਇੱਧਰ ਸਿੰਘ ਸਾਹਿਬ ਗੱਡੀ ਧੋ ਰਹੇ ਆ, ਸੁਣਿਓ ਹਾਂਜੀ ਓਕੇ ਗੁੱਡ ਵੈਰੀ ਗੁੱਡ ਕੀਪ ਇਟ ਅਪ, ਮੈਂ ਤਿਆਰ ਹੋ ਜਾਏ ਕੋਈ। ਤੇ ਹੁਣ ਅਸੀਂ ਤਿਆਰ ਪਰ ਤਿਆਰ ਹੋ ਚੁੱਕੇ ਹਾਂ, ਕਿਸਮਤ ਵੀ ਆਈ ਸੀਗੀ ਦੀਵਾਲੀ ਲੈ ਕੇ, ਦੀਵਾਲੀ 17 ਰੁਪਏ ਡਬਲ ਹੈ ਤਾਂ ਵਿੱਚ ਖਾਂਦੇ ਆ ਉਹ ਸਾਰਾ ਸੋਨ ਤਾਂ ਲੈ ਮੇਰੇ ਤੋਂ, ਤੀਆਂ ਦੀ ਫਰੂੜੀ ਮਤਲਬ ਕਿ 1200 ਦਾ ਰਲਦਾ ਮਿਲਦਾ ਲੱਗਦਾ ਮੈਨੂੰ, 1200 ਦਾ ਹੈਗਾ ਨਾ। ਨਹੀਂ ਨਹੀਂ ਇਹ ਇੰਨਾ ਮਹਿੰਗਾ ਨਹੀਂ, 1200 ਦਾ ਵੇਖਿਆ ਮੈਂ ਅੰਦਾਜ਼ਾ ਬਿਲਕੁਲ ਸਹੀ ਆ, ਪਤਾ ਕਿਉਂ ਆਪੋ ਤਾਂ ਕਪਾਨੀਆਂ ਤੋਂ ਲੈ ਕੇ ਚੱਲੇ ਨਾ ਕਿਤੇ, ਇਹ ਵੀ ਕਪਾਨੀਆਂ ਤੋਂ ਲੈ ਗਿਆ ਮੈਨੂੰ ਤਾਂ ਡੱਬੇ ਤੋਂ ਪਤਾ ਲੱਗ ਗਿਆ ਉਹਦੇ ਨਾਲੇ ਤੋਂ, ਕਿੰਨੇ ਦੇ ਹੋਰ ਚੰਡੀਗੜ੍ਹ ਤੋਂ ਲੈ ਗਏ ਦੀਦੀ, 1200 ਥੋੜਾ ਹੁੰਦਾ ਦੀਵਾਲੀ ਤੇ ਤਾਂ ਨਹਾਉਣਾ ਹੁੰਦਾ। ਮੈਂ ਸੋਹਣਾ ਲੱਗਾ ਨਾ ਲੱਗਾ ਮੇਰੀ ਘਰ ਦੀ ਮੈਨੂੰ ਪਸੰਦ ਕਰ ਲਿਆ ਉਹਨੂੰ ਵੀ ਟੈਨਸ਼ਨ ਹਾਂ ਮੈਨੂੰ ਪੁੱਛ ਹਾਂ ਯੈਸ ਯੈਸ ਤੂੰ ਤਾਂ ਹੀ ਲੈ ਕੇ ਆਈ ਆ ਲੈ ਫੜ ਕੇ ਦੇਖੀ ਹੱਥ 'ਚ ਫੜ ਕੇ ਕਹਿੰਦੀ ਮੈਂ ਨਹੀਂ ਲੈਣੇ ਨਹੀਂ ਲੈਣੇ ਅਸੀਂ ਜਾਓ ਜਾਓ ਬੰਦ ਕਰ ਦੀ ਕਿਸਮਤ ਬੂਆ ਬੰਦ ਕਰ ਓ ਨਹੀਂ ਯਾਰ ਤੂੰ ਰੱਖ ਲੈ ਯਾਰ ਯਾਰ ਤੂੰ ਬੱਜੇ ਦੇ ਨਾ ਟੁੱਟੇ ਮੈਂ ਨਹੀਂ ਲੈਣੇ 2000 ਦਾ ਬੱਜੇ ਦੇ ਦੇ ਇਹ ਬ੍ਰੇਵੀ ਦੇ ਵੱਲੋਂ ਕੀਤਾ ਹੋਇਆ ਐਕਸਪੈਰੀਮੈਂਟ ਹੈ ਚੁੱਲ੍ਹੇ ਬਣਾਈਏ ਕੁਛ ਖਾਣ ਨੂੰ ਕਹਿੰਦੇ ਨੇ ਉਹ ਪਹਿਲਾਂ ਦੀਵੇ ਬਾਲ ਲਈਏ ਹਾਂਜੀ ਤੇ ਗੁਰਮੁਖ ਤੋਂ ਇਹ ਹੋਰ ਛਪਾਉਣ ਨੂੰ ਹੈ ਨਹੀਂ ਸੀ ਕੁਝ ਵੀ ਸ਼ਿਕਾਇਆ ਮਠਿਆਈ ਸ਼ਿਕਾਤੀ ਹਾਂਜੀ ਇੱਧਰ ਸੰਗਤਾਂ ਬੈਠੀਆਂ ਨੇ ਇਹ ਸਾਡੇ ਪਾਪਾ ਦੀ ਚੈੱਕ ਵਾਹਿਗੁਰੂ ਅਰਦਾਸ ਹੁੰਦੀ ਆ ਕਿੱਦਾਂ ਪੰਮਾ ਸੀ ਅੱਜ ਤੁਸੀਂ ਸਾਰਿਆਂ ਨੇ ਮੈਚਿੰਗ ਕਿਉਂ ਕੀਤੀ ਆ ਪੱਕੀ ਦੋਸਤੀ ਆ ਹੈ ਚਲੋ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਅਸੀਂ ਦੀਵੇ ਉੱਪਰ ਲਿਆਂਦੇ ਸੀ ਜੇ ਥੱਲੇ ਰੱਖ ਕੇ ਬਾਲਦੇ ਫਿਰ ਉੱਪਰ ਆਉਂਦੇ ਤੱਕ ਬੁੱਝ ਜਾਂਦੇ ਨੇ ਥੋੜੇ ਚਿਰ ਚ ਦੀਵੇ ਜਿਹੜੇ ਆ ਉਹ ਤੇਲ ਪੀ ਲੈਂਦੇ ਆ ਹਨਾ ਬੁੱਝ ਜਾਂਦਾ ਛੇਤੀ ਉਧਰ ਵੀ ਦੀਵੇ ਜਗਾਉਣੇ ਹੋਣੇ ਨੇ ਉਹਨੇ ਚੜ੍ਹਤ ਨੂੰ ਨੇ ਜਗਾਉ ਗਏ ਬਰੋ ਤੂੰ ਸਹੀ ਨਹੀਂ ਲਾਈ ਕਈ ਥਾਵਾਂ ਤੇ
ਮੈਂ ਉਹ ਤਾਂ ਪੰਮੇ ਨੇ ਲਾਏ ਆ ਨਹੀਂ ਉਹ ਆ ਇੱਧਰ ਆ ਥਾਲੀ ਦੇ ਮੈਟ ਟਿਕਾਏ ਆ ਥੋੜੇ ਜਿਹੇ ਮੈਟ ਟਿਕਾਏ एक मिनट ओदे विचकार एक दीवा रख दियो आ चक्की बहु थाल मारा जा नाटक च की होंगे जो दीवा बुझ जाए गोपी चल कर ग्रेट ਸਾਡੇ ਪਾਪਾ ਦੀ ਗ੍ਰੇਟ ਸਿੰਘ ਸਾਹਿਬ ਸੇਵਾ ਨਿਭਾ ਰਹੇ ਆ ਚਾਚਾ ਜੀ ਇਹਨਾਂ ਦੇ ਵੀ ਰੱਖ ਦਿੰਦੇ ਆ ਜੀ ਮੇਰੀ ਗੱਲ ਸੁਣੋ ਫਿਰ ਥੋੜਾ ਜਿਹਾ ਇਹਦੇ ਤੋਂ ਪਰਾ ਰੱਖੇ ਰੁੱਖ ਤੋਂ ਨਹੀਂ ਮੈਂ ਕਿਹਾ ਫਿਰ ਵੀ ਹਵਾ ਹਵਾ ਵਗੇ ਤੇ ਨਾ ਅੱਛਾ ਅੱਛਾ ਕੋਈ ਨੀ ਬਸ ਸੋਹਣੇ ਲੱਗਦੇ ਤੇਰੀ ਯਾਰ ਚਾਹੀਆਂ ਖੇਡਾਂ ਸੋਹਣਾ ਵਾਹਿਗੁਰੂ ਜੀ ਹੁਣ ਆਪਾਂ ਦੀਵੇ ਜਿਹੜੇ ਸੀ ਉਹ ਜਗਾ ਚੁੱਕੇ ਹਾਂ ਮੈਂ ਫਿਰ ਤੋਂ ਮਤਲਬ ਬੁਲਾਉਣ ਲੱਗੀ ਸੀ ਮੈਂ ਵੀਡੀਓ ਨਹੀਂ ਬੰਦ ਕਰੂੰਗੀ ਚਲੋ ਬੰਦੀ ਛੋੜ ਦੇ ਉਸਦੀਆਂ ਕੋਰਾ ਫਿਰ ਤੋਂ ਬਹੁਤ ਬਹੁਤ ਮਾਰਕਾਂ ਮੈਂ ਡੱਬੀ ਦਾ ਬਾਲਣ ਦਾ ਕਰਕੇ ਮੈਂ ਉੱਥੇ ਕਰਨੇ ਆ ਹਾਂ ਹੁਣ ਫਿਰ ਮੈਂ ਪੰਮਣਾ ਨਾ ਪਾਉਣਾ ਸੀ ਪਹਿਲੇ ਇੱਧਰ ਰੱਖਣੇ ਹਾਂ ਰੱਖਣੇ ਆ ਦੀਵੇ ਦੇ ਰੱਖਣੇ ਆ ਬੰਦੀ ਛੋੜ ਦੇ ਉਸਦੀਆਂ ਮੁਬਾਰਕਾਂ ਤੇ ਮਹਾਰਾਜ ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਪਸ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਅੰਮ੍ਰਿਤਸਰ ਸਾਹਿਬ ਪੁੱਜੇ ਸੀ ਉਹਨਾਂ ਦੇ ਆਉਣ ਦੀ ਖੁਸ਼ੀ 'ਚ ਸੰਗਤਾਂ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਦੇਸੀ ਘਿਓ ਦੇ ਦੀਵੇ ਜਗਾਏ ਸੀ ਇਹ ਕੱਤ ਚੱਕ ਲਿਆ ਵਾਹ ਬਹੁਤ ਸੋਹਣੇ ਚਾਹ ਹੋਣਾ ਚਾਹੀਦਾ ਬਿਲਕੁਲ ਚਾਹ ਨਾਲ ਹੀ ਹੈ ਜੀ ਸਾਰਾ ਕੁਛ ਹੋਰ ਕੀ ਅਗਲੇ ਦੀ ਪਹਿਲੀ ਦੀਵਾਲੀ ਆਪਣੀ ਵੋਟੀ ਨਾਲ ਹਨਾ ਜੀ ਚੱਲ ਉਹ ਤਾਂ ਦੀਦਾ ਨੀ ਆ ਜਸਪਾਲ ਕੌਰ ਆਈ ਸੀ ਤੇ ਚੀਜ਼ੀਆਂ ਹੋਰ ਆ ਗਈਆਂ ਪਹਿਲਾਂ ਮੰਮੀ ਹੋਣਾਂ ਵਾਲੀ ਟੋਕਰੀ ਦੇ ਵਿੱਚ ਉਹਦਾ ਕੁਛ ਬਚੇ ਹਨੀ ਪਕੌੜੇ ਬਣਾਉਣ 'ਚ ਮੰਮਾ ਥੋੜ੍ਹਾ ਲੇਟ ਹੋ ਗਏ ਵਲੌਗ ਨਹੀਂ ਸੀ ਸ਼ੂਟ ਕੀਤਾ ਕਿਉਂਕਿ ਥੱਕੇ ਪਏ ਸੀਗੇ
ਤੇ ਹੁਣ ਮੈਂ ਇਹ ਖੋਲ ਕੇ ਫੇਰ ਦਿਖਾਉਂਦੀ ਉਹ ਕੋਈ ਨਹੀਂ ਬੋਤਲ ਵਾਲਾ ਵੀ ਸਾਡਾ ਕੰਮ ਨਹੀਂ ਹੈ ਬੋਤਲ ਕੋਲ ਪਈ ਆ ਚੜ੍ਹ ਉਹ ਪੈਰ ਮੇਰੇ ਪਾ ਕੇ ਹੁਣ ਦੱਸ ਵੀ ਤਾਂ ਬੋਤਲ ਕਰਨੀ ਕੀ ਆ ਕਿਹੜੀ ਬੋਤਲ ਦੀ ਗੱਲ ਕਰਦੇ ਆ ਹਵਾਈਆਂ ਚਲਾਉਣੀਆਂ ਵਾ ਕਈ ਜਾਂਦੇ ਬੋਤਲ ਹੈਗੀ ਬੋਤਲ ਏਦਾਂ ਨਾ ਕਹਿ ਆਪਾਂ ਗਏ ਸੀ ਨਾ ਪਾਪਾ ਜੀ ਚਾਚੀ ਡਰ ਗਈ ਐਡਾ ਵੱਡਾ ਬੰਬ ਲਿਆਂਦਾ ਦੂਰ ਬੜੇ ਪਟਾਕੇ ਖਿਲਾਰਦਾ ਇਹ ਤੇ ਇਹਦੇ ਬਾਜੀ ਬਹੁਤ ਜ਼ਿਆਦਾ ਕੰਨ ਭਾਰਤਾ ਮੇਰਾ ਬਾਬਾ ਜੀ ਇਧਰ ਬਹਿ ਜਾ ਨਹੀਂ ਠੀਕ ਹੈ ਮੈਂ ਵੇਖੀ ਕੰਮ ਕਰਦੀ ਆਈ ਜੋਦੀ ਇੱਕ ਇੱਕ ਮਨਿੰਦਰ ਯਾਰ ਹੁਣ ਬਾਜ ਮਾਰ ਲੈ ਆ ਜਾ ਕੇ ਹੁਣ ਜਗ ਪੀ ਸਾਰਿਆਂ ਦੇ ਦਿਖਾ ਦੇ ਚਿਹਰੇ ਔਰ ਚੜ੍ਹਤ ਕੋਈ ਚੜ੍ਹਤ ਕਿਹੜੀ ਆਈਟਮ ਚਲਾ ਕੇ ਆਇਆ ਓ ਦਿਖਾ ਦੇ ਹੁਣ ਲਾਈਟ ਜਗਦੀ ਇੱਧਰ ਦਿਖਾ ਦੇ ਦਿਖਾ ਦੇ ਦਿਖਾ ਦੇ ਸੁਖਬੀਰ ਜੀ ਹੱਥ ਲੂ ਹੋ ਜਾਣਾ ਤੁਸੀਂ ਆਉਣ ਚ ਦੇਰੀ ਕਰ ਦਿੱਤੀ ਥੋੜੇ ਤੇ ਬੜਾ ਚਿਰ ਲੱਗੇ ਰਹੇ ਮੇਰੀ ਗੱਲ ਸੁਣੋ ਜੀ ਇੱਧਰ ਆਪਣੀ ਗੱਡੀ ਵੀ ਆ
ਉਹ ਥੱਲੇ ਚਲੇ ਗਏ ਇੱਥੇ ਗਿਆ ਔਰ ਰਹਿਣ ਦੇ ਚੱਕਰ ਉਹ ਸਹੀ ਨਹੀਂ ਉਹ ਤਾਂ ਪਹਿਲੇ ਹੀ ਆ ਅੱਜ ਦੱਬੇ ਨੇ ਬਹਿਣਾ ਵਾ ਫਿਰ ਇੱਕ ਇੱਕ ਆਲੂ ਕਰਾਂਗੇ ਇਹਦਾ ਤਾਂ ਕਿੰਨੇ ਕਿੰਨੇ ਨੂੰ ਬੈਠਾ ਦੇਖਿਓ ਕਿੱਦਾਂ चेक कर ला एदे ते बैठ ए ऊपर पई हुंदी ना एदे ते बैठ जा मम्मी ताके लागे चल चल ਇਸ ਬੇੜਾ ਮਾਰ ਮਸੀ ਉੱਡਿਆ ਹੈ ਤਿੰਨ ਚਾਰ ਫੂਕਣ ਤੋਂ ਬਾਅਦ ਸ਼ੁਕਰ ਹੈ ਸ਼ੁਕਰ ਹੈ ਡਿੱਗਣ ਤੋਂ ਪਹਿਲਾਂ ਨਹੀਂ ਬੋਲੂਗਾ ਫੇਰ ਹੀ ਡਿੱਗਣਾ ਅੱਛਾ ਕਿੱਥੇ ਤੱਕ ਜਾਂਦਾ ਬਣਾ ਉਹ ਨੱਚਣ ਲੱਗ ਗਿਆ ਤੂੰ ਨਾਲ